ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਲਾਅ ਗਾਈਡ ਦੇ ਵਿੱਚ ਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰੇ ਲੀਗਲ ਮਸਲਿਆਂ ਦੀ ਗੱਲ ਹੁੰਦੀ ਹੈ ਕਰੰਟ ਇਵੈਂਟਸ ਅਪਡੇਟਸ ਲੀਗਲ ਸਾਈਟ ਤੇ ਸਾਰੀ ਚੀਜ਼ਾਂ ਦੀ ਜਾਣਕਾਰੀ ਦੇਣ ਲਈ ਸਾਨੂੰ ਜੁਆਇਨ ਕਰ ਰਿਹਾ ਐਕਸਪਰਟ ਦੇ ਤੌਰ ਤੇ ਅਟਾਰਨੀ ਐਟ ਲਾਅ ਜਸਪ੍ਰੀਤ ਸਿੰਘ ਜੀ ਕੈਲੀਫੋਰਨੀਆ ਤੋਂ ਜਸਪ੍ਰੀਤ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ ਸਭ ਤੋਂ ਪਹਿਲੇ ਜਸਟ ਵਾਂਟ ਟੂ ਚੈੱਕ ਤੁਸੀਂ ਸੇਫ ਹੋ ਜਿਸ ਏਰੀਆ 'ਚ ਤੁਸੀਂ ਹੈਗੇ ਉੱਥੇ ਜ਼ਿਆਦਾ ਜੋ ਪ੍ਰੋਟੈਸਟ ਅਤੇ ਰਾਇਟਸ ਹੋ ਰਹੇ ਆ ਨੇਸ਼ਨ ਵਾਈਡ ਉਹਨਾਂ ਦਾ ਹੋਪਫੁਲੀ ਤੁਹਾਡੇ 'ਤੇ ਕੋਈ ਨੈਗੇਟਿਵ ਇੰਪੈਕਟ ਨਹੀਂ ਆਇਆ ਹਾਲੇ ਤੱਕ ਨਹੀਂ ਜੀ ਕਾਨਪੁਰ ਖਵੈਰੂ ਦੀ ਕਿਰਪਾ ਜੀ ਸਭ ਠੀਕ ਹੈ ਸੇਫ ਹੈ ਪਰ ਇੱਥੇ ਵੀ 8 ਵਜੇ ਤੋਂ ਬਾਅਦ ਕਰਫਿਊ ਲੱਗ ਜਾਂਦਾ ਤੇ ਉਦੋਂ ਬਾਅਦ ਰਾਤ ਤੱਕ ਤੁਹਾਨੂੰ ਪਤਾ ਸਾਰੀ ਰਾਤ ਕਰਫਿਊ ਰਹਿੰਦਾ ਸਵੇਰ ਤੱਕ ਜੀ ਉਹ ਦੇਖੋ ਕਿੰਨੇ ਦਿਨੇ ਚੱਲਦਾ ਕੁਛ ਤੁਸੀਂ ਅਪਡੇਟ ਸਾਡੇ ਲਈ ਲੈ ਕੇ ਆਏ ਹੋ ਜੋ ਵੱਖ ਵੱਖ ਕੁਐਸਚਨ ਤੁਹਾਡੇ ਕਲਾਇੰਟਸ ਤੇ ਸਾਡੇ ਵਿਊਅਰਸ ਬਾਰ ਬਾਰ ਸਾਨੂੰ ਪੁੱਛ ਰਹੇ ਹੈ ਇਸ ਕੋਵਿਡ ਦੇ ਸ਼ਟਡਾਊਨ ਤੇ ਕੁਆਰੰਟੀਨ ਤੇ ਜੋ ਟਰੈਵਲ ਤੇ ਰਿਸਟ੍ਰਿਕਸ਼ਨ ਹੈ ਖਾਸ ਕਰ ਉਹਨਾਂ ਨੂੰ ਲੈ ਕੇ ਐਂਡ ਸਪੈਸੀਫਿਕਲੀ ਜਿੱਥੇ ਇਮੀਗ੍ਰੇਸ਼ਨ ਦੇ ਕੁਝ ਕੁਐਸਚਨਸ ਆਉਂਦੇ ਆ ਇਹਨਾਂ ਦੇ ਬਾਰੇ ਤੁਹਾਡੇ ਕੋਲ ਕੀ ਅਪਡੇਟਸ ਹਨ ਹਾਂਜੀ ਇੱਕ ਤਾਂ ਜਿਹੜੀਆਂ ਇਮੀਗ੍ਰੇਸ਼ਨ ਕੋਰਟਸ ਦੀਆਂ ਨਾਨ ਡਿਟੇਨਡ ਕੇਸਾਂ ਦੀ ਜਿਹੜੀਆਂ ਹੀਅਰਿੰਗਸ ਨੇ ਸਾਰੀਆਂ ਚਾਹੇ ਮਾਸਟਰ ਹੀਅਰਿੰਗਸ ਨੇ ਚਾਹੇ ਇੰਡੀਵਿਜੂਅਲ ਫਾਈਨਲ ਹੀਅਰਿੰਗਸ ਨੇ ਉਹ ਸਾਰੀਆਂ ਇਹਨਾਂ ਨੇ ਪੋਸਟਪੋਨ ਕਰਤੀਆਂ 26 ਜੂਨ ਤੱਕ ਸੋ ਜਿਹਨਾਂ ਦੀਆਂ ਡੇਟਾਂ 26 ਜੂਨ ਤੱਕ ਸੀਗੀਆਂ ਉਹ ਸਾਰੀਆਂ ਹੁਣ ਦੁਬਾਰਾ ਡੇਟਾਂ ਉਹਨਾਂ ਨੂੰ ਮੇਲ 'ਚ ਆਉਣਗੀਆਂ ਜਾਂ ਉਹਨਾਂ ਦੇ ਵਕੀਲਾਂ ਨੂੰ ਆਉਣਗੀਆਂ ਤੇ ਇੱਕ ਤਾਂ ਇਹ ਹੈਗੀ ਆ ਨਵੀਂ ਅਪਡੇਟ ਪਰ ਜਿਹੜੇ ਡਿਟੇਨਡ ਕੇਸਿਸ ਨੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਚੱਲ ਰਹੇ ਆ ਉਹਨਾਂ ਦੀਆਂ ਡੇਟਾਂ ਉਸ ਤਰ੍ਹਾਂ ਆ ਰਹੀਆਂ ਪਰ ਜਿਹੜੇ ਨੋਨ ਡਿਟੇਨਡ ਨੇ ਬਾਹਰ ਨੇ ਜਿਹੜੇ ਉਹ 26 ਜੂਨ ਤੱਕ ਸਾਰੀਆਂ ਇਮੀਗ੍ਰੇਸ਼ਨ ਕੋਰਟਸ ਦੀਆਂ ਡੇਟਾਂ ਅਮਰੀਕਾ 'ਚ ਆਲਮੋਸਟ ਪੋਸਟਪੋਨ ਹੋ ਗਈਆਂ ਜੀ ਉਸ ਤੋਂ ਇਲਾਵਾ ਜਿਹੜੀ USCIS ਉਹ ਅਜੇ ਵੀ ਉਹਨਾਂ ਦਾ ਜਿਹੜਾ ਟੈਂਟੇਟਿਵ ਆ 4 ਜੂਨ ਨੂੰ ਖੋਲ੍ਹਣ ਦਾ ਹੈਗਾ ਪਰ ਦੇਖਦੇ ਹਾਂ ਹੁਣ ਜਿਹੜੀ ਸਿਚੁਏਸ਼ਨ ਹੈਗੀ ਹੈ ਇਹਦੇ 'ਚ ਨਵੀਂ ਸਿਚੁਏਸ਼ਨ ਦੇ ਵਿੱਚ ਉਹ ਵੀ ਆਪਣਾ ਜਿਹੜਾ ਪੋਸਟਪੋਨ ਕਰਦੇ ਆ ਕਿ 4 ਜੂਨ ਨੂੰ ਖੋਲ੍ਹਦੇ ਆ ਵੀ ਸੀ ਪਰ ਜੇ ਖੁੱਲ੍ਹਣਗੇ ਵੀ ਤਾਂ ਸੋਸ਼ਲ ਡਿਸਟੈਂਸਿੰਗ ਜਿਹੜੀਆਂ ਗਾਈਡਲਾਈਨਸ ਨੇ ਉਹਦੇ ਨਾਲ ਹੀ ਖੁੱਲ੍ਹਣਗੇ ਪਰ ਇੱਕ ਨਾਲ ਚਲੋ ਇਸ ਗੱਲ ਦੀ ਵਧੀਆ ਖਬਰ ਹੈਗੀ ਤੁਹਾਡੇ ਨਿਊਯਾਰਕ ਤੋਂ ਐਟਲੀਸਟ ਕੋਰੋਨਾ ਵਾਇਰਸ ਦੇ ਫਰੰਟ ਤੇ ਵੀ ਜਿਵੇਂ ਅੱਜ ਗਵਰਨਰ ਸਾਹਿਬ ਦੱਸ ਰਹੇ ਸੀਗੇ ਵੀ ਉਹਦੇ ਕੇਸਿਸ ਕਾਫੀ ਘਟੇ ਆ ਜਿਹੜੀਆਂ ਹੈਗੀਆਂ ਟੈਸਟ ਉਹ ਵੀ ਘਟੀਆਂ ਤਾਂ ਉੱਥੇ ਕਾਫੀ ਇਹਦੀ ਹੈਗੀ ਆ ਪ੍ਰੋਗਰੈਸ ਪਰ ਜਿਹੜਾ ਮਤਲਬ ਦੂਜੀ ਟੈਨਸ਼ਨ ਉਹਦੇ ਬਾਰੇ ਆਪਾਂ ਬਾਅਦ 'ਚ ਕਰਦੇ ਹਾਂ ਗੱਲ ਇਸ ਤੋਂ ਬਾਅਦ ਤੇ ਉਹ ਕਾਫੀ ਜ਼ਿਆਦਾ ਹੈ ਤੇ ਦੂਜੀ ਇੱਕ ਹੋਰ ਗੱਲ ਆ ਉਹ ਇਹ ਹੈਗੀ ਆ ਕਿ ਕਾਫੀ ਜਿਹੜੇ ਕਾਲਰਸ ਨੇ ਮੈਨੂੰ ਕਾਲ ਕਰਦੇ ਆ ਉਹ ਪੁੱਛਦੇ ਆ ਕਿ ਸਾਡਾ ਕੋਈ ਰਿਲੇਟਿਵ ਇੰਡੀਆ ਗਿਆ ਉਹ ਗ੍ਰੀਨ ਕਾਰਡ ਹੋਲਡਰ ਆ ਤੇ ਉਹ ਉੱਥੇ ਸਟੱਕ ਹੋ ਗਿਆ ਤੇ ਉਹ ਕੀ ਕਰੇ ਉਹ ਆਪਾਂ ਵੈਸੇ ਤਾਂ ਇਹ ਗੱਲ ਦਾ ਬੜੀ ਡਿਟੇਲ 'ਚ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਦੱਸਿਆ ਨਹੀਂ ਆਪਾਂ ਫਿਰ ਦੱਸ ਦਿੰਦੇ ਹਾਂ ਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹਨੂੰ ਨੋਰਮਲੀ 6 ਮਹੀਨੇ ਦੇ ਵਿੱਚ ਵਾਪਸ ਮੁੜਨਾ ਪੈਂਦਾ ਜੀ ਤੇ 6 ਮਹੀਨੇ ਦੇ ਵਿੱਚ ਉਹਨੂੰ ਆਉਣਾ ਪੈਂਦਾ ਆਪਣਾ ਕੰਟਰੀ ਦੇ ਵਿੱਚ ਜੀ ਪਰ ਇਸ ਹਾਲਾਤ ਦੇ ਵਿੱਚ ਜਿਵੇਂ ਹੁਣ ਕਈ ਨਹੀਂ ਆ ਸਕਦੇ ਜੇ ਉਹਨਾਂ ਕੋਲ ਰਿਟਰਨ ਟਿਕਟ ਹੈਗੀ ਆ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਆਉਣ ਦੀ ਪਰ ਉਹਨਾਂ ਨੂੰ ਫਲਾਈ ਨਹੀਂ ਕਰਨ ਦਿੱਤਾ ਗਿਆ ਤਾਂ ਉਹ 6 ਮਹੀਨੇ ਤੋਂ ਜ਼ਿਆਦਾ ਟਾਈਮ ਵੀ ਹੋ ਗਿਆ ਤਾਂ ਦੇ ਆਰ ਫਾਈਨ ਉਹ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਜਦੋਂ ਵੀ ਉਹ ਲੋਕਡਾਊਨ ਖੁੱਲ੍ਹਦਾ ਸ਼ਾਇਦ ਆ ਜੂਨ ਜਿਵੇਂ ਤੁਸੀਂ ਦੱਸ ਰਹੇ ਸੀ ਖੁੱਲ੍ਹੇ ਜਾਂ ਜੁਲਾਈ 'ਚ ਖੁੱਲ੍ਹੇ ਇੰਡੀਆ ਜਦੋਂ ਵੀ ਖੁੱਲ੍ਹੇਗਾ ਤੇ ਉਦੋਂ ਆ ਸਕਦੇ ਆ ਉਹ 'ਚ ਕੋਈ ਪ੍ਰੋਬਲਮ ਨਹੀਂ ਪਰ ਜਿਨ੍ਹਾਂ ਦਾ 1 ਸਾਲ ਪੂਰਾ ਹੋਣ ਵਾਲਾ ਉਹਨਾਂ ਨੂੰ ਚਾਹੀਦਾ ਵੀ ਜਦੋਂ ਵੀ ਜਿਹੜੀ US ਐਮਬੈਸੀ ਖੁੱਲ੍ਹਦੀ ਆ ਉਹਦੇ ਨਾਲ ਕੰਟੈਕਟ ਕਰਨ ਜਾਂ ਜਿਹੜਾ ਸਟੇਟ ਡਿਪਾਰਟਮੈਂਟ ਆ ਉਹਦੇ ਨਾਲ ਕੰਟੈਕਟ ਕਰਕੇ ਜਾਂ ਅੰਬੈਸੀ ਨਾਲ ਕੰਟੈਕਟ ਕਰਕੇ ਉੱਥੋਂ ਕੋਸ਼ਿਸ਼ ਕਰਨ ਕਿ ਉਹਨਾਂ ਨੂੰ ਇੱਥੇ ਅਪਲਾਈ ਕਰਾਉਣ ਕਿਉਂਕਿ ਅੰਬੈਸੀ ਦੇ ਰਾਹੀਂ ਵੀ ਕਾਫੀ ਬੰਦੇ ਜਿਹੜੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਆ ਉਹ ਆ ਰਹੇ ਆ ਪਰ ਜਿਹੜੇ ਵਿਜ਼ਟਰ ਵੀਜ਼ੇ ਤੇ ਆ ਜਾਂ ਸਟੂਡੈਂਟ ਵੀਜ਼ੇ ਤੇ ਆ ਜਾਂ ਉਸ ਤਰ੍ਹਾਂ H1 ਤੇ ਨੇ ਜਾਂ ਜਿਨ੍ਹਾਂ ਨੂੰ ਅਜੇ ਵੀਜ਼ਾ ਲੱਗਿਆ ਹੀ ਆ ਪਰ ਕਦੇ ਆਏ ਨਹੀਂ ਅਮਰੀਕਾ ਪਹਿਲੀ ਵਾਰੀ ਆਉਣਾ ਉਹ ਅੰਬੈਸੀ ਦੇ ਸਟੇਟ ਡਿਪਾਰਟਮੈਂਟ ਥਰੂ ਨਹੀਂ ਆ ਸਕਦੇ ਉਹਨਾਂ ਨੂੰ ਲੋਕਡਾਊਨ ਦੀ ਵੇਟ ਕਰਨੀ ਪਏਗੀ ਦੂਜੇ ਸਾਰੇ ਜਿਹੜੇ ਉਹ ਆ ਸਕਦੇ ਆ ਤੇ ਇਹ ਜਿਹੜੀ ਹੈਗੀ ਆ ਇਹ ਅਪਡੇਟ ਆ ਬਾਕੀ ਜਿਹੜੇ ਅਮਰੀਕਾ ਦੇ ਵਿੱਚ ਡਿਟੈਂਸ਼ਨ ਸੈਂਟਰਸ ਨੇ ਉਹਨਾਂ ਦਾ ਕਾਫੀ ਜਿਹੜਾ ਹੈਗਾ ਉੱਥੇ ਮਤਲਬ ਆਪਣੇ ਵੱਲੋਂ ਤਾਂ ਰੱਖਦੇ ਨੇ ਸੈਨੀਟੇਸ਼ਨ ਪਰ ਅੰਦਰ ਫਿਰ ਵੀ ਮਤਲਬ ਕੰਪੈਰੇਟਿਵਲੀ ਬੁਰਾ ਹਾਲ ਆ ਮੈਂ ਪਿੱਛੇ ਇੱਕ ਐਟਲੈਂਟੋ ਸੈਂਟਰ ਹੈਗਾ ਉੱਥੇ ਗਿਆ ਸੀਗਾ ਉੱਥੇ ਮੈਂ ਵੀਕ 'ਚ 2 ਵਾਰੀ ਜਾ ਕੇ ਕੱਲ੍ਹ ਵੀ ਜਾ ਕੇ ਆ ਟਿਊਜ਼ਡੇ ਵੀ ਜਾ ਕੇ ਸਾਡੇ ਕੇਸ ਨੇ ਉੱਥੇ ਤੇ ਉੱਥੇ ਜਿਹੜੇ ਮੇਰੇ ਕਲਾਇੰਟਸ ਹੈਗੇ ਆ ਉਹ ਦੱਸ ਰਹੇ ਸੀ ਵੀ ਇੱਕ ਬੰਦੇ ਦੀ ਜਿਹੜਾ ਮਤਲਬ ਮੈਕਸੀਕਨ ਹੈਗਾ ਸੀ ਕੋਈ ਉਹਦੀ ਕਰੋਨਾ ਵਾਇਰਸ ਨਾਲ ਡੈਥ ਹੋ ਗਈ ਅੰਦਰ ਤੇ ਆਪਣੇ ਪੰਜਾਬੀ ਉੱਥੇ ਥੋੜੇ ਹੀ ਆ ਫਿਲਹਾਲ ਤਾਂ ਪਰ ਉਹ ਸਾਰਿਆਂ ਨੂੰ ਉਹਨਾਂ ਨੇ ਮਤਲਬ
ਜਿਹੜਾ ਹੈਗਾ ਕੁਆਰੰਟਾਈਨ ਜਾਂ ਕੀਤਾ ਹੋਇਆ ਤੇ ਨਾਲ ਵਿੱਚੇ ਹੀ ਮੈਡੀਕਲ ਕੈਂਪ ਬਣਾਇਆ ਜੇਲ੍ਹ 'ਚ। ਪਰ ਜਿਹੜੀ ਸਾਡੀ ਰਿਕੁਐਸਟ ਜਿਹੜੀ ਅਸੀਂ ਗਵਰਨਮੈਂਟ ਨੂੰ ਕਰ ਰਹੇ ਹਾਂ ਜਾਂ ਕੀਤੀ ਆ ਤੇ ਉਹ ਇਹ ਹੈਗੀ ਆ ਕਿ ਇਹਨਾਂ ਨੂੰ ਤੁਸੀਂ ਛੱਡੋ, ਰਿਲੀਜ਼ ਕਰੋ। ਅਸੀਂ ਪਰੋਲ ਦੀ ਰਿਕੁਐਸਟ ਵੀ ਪਾਈ ਆ ਗਵਰਨਮੈਂਟ ਕੋਲ ਤੇ ਜਿਹੜਾ ਕੋਰਟ ਦੇ ਵਿੱਚ ਵੀ ਕੀਤੀ ਆ ਤੇ ਇਹਨੂੰ ਰਿਲੀਜ਼ ਕਰੋ ਇਹਨਾਂ ਨੂੰ, ਕਿਉਂਕਿ ਅੰਦਰ ਜਿਹੜੀ ਉਹ ਬਿਮਾਰੀ ਆ ਜਦੋਂ ਆਲਰੇਡੀ ਉੱਥੇ ਪਹੁੰਚ ਚੁੱਕੀ ਆ, ਕਈ ਬੰਦੇ ਇਨਫੈਕਟਡ ਨੇ ਤੇ ਤੁਸੀਂ ਜੇਲ੍ਹ ਦੇ ਵਿੱਚ ਮਤਲਬ ਹਾਲਾਤ ਇੱਦਾਂ ਦੇ ਹੈਗੇ ਵੀ ਉੱਥੇ ਹੋਰ ਜ਼ਿਆਦਾ ਬੰਦਿਆਂ ਨੂੰ ਹੋਣ ਦਾ ਡਰ ਆ। ਸੋ ਇਸ ਹਾਲਾਤ ਦੇ ਵਿੱਚ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਤੇ ਜਦੋਂ ਫਿਰ ਇਹ ਮਤਲਬ ਬਾਹਰ ਆ ਕੇ ਆਪਣੇ ਕੇਸ ਲੜ ਸਕਦੇ ਆ ਤੇ ਸਾਰਿਆਂ ਕੋਲ ਤਕਰੀਬਨ ਗਰੰਟਰ ਜਾਂ ਜਿਹੜੇ ਹੈਗੇ ਸਪੋਂਸਰ ਤਾਂ ਹੈਗੇ ਹੀ ਆ। ਪਰ ਜਿਹੜੀ ਗਵਰਨਮੈਂਟ ਹੈਗੀ, ਐਡਮਿਨਿਸਟ੍ਰੇਸ਼ਨ ਬਹੁਤ ਟਫ ਹੈ, ਉਹ ਇਹ ਗੱਲ ਸੁਣ ਕੇ ਰਾਜ਼ੀ ਨਹੀਂ। ਉਹ ਕਹਿੰਦੀ ਆ ਵੀ ਅੰਦਰ ਹੀ ਰਹਿਣ ਇਹ, ਜਾਂ ਇਹਨਾਂ ਨੂੰ ਡਿਪੋਰਟ ਕਰੀਏ। ਹੁਣ ਤੁਹਾਨੂੰ ਪਤਾ ਵੀ ਜਿਵੇਂ ਇੰਡੀਆ ਭੇਜ ਰਹੇ, ਆਪਾਂ ਲਾਸਟ ਟਾਈਮ ਡਿਸਕਸ ਕੀਤਾ ਸੀ ਡਿਟੇਲ ਦੇ ਵਿੱਚ ਕਿ ਇਹਨਾਂ ਨੇ ਡਿਪੋਰਟੇਸ਼ਨ ਕਰ ਰਹੇ ਆ ਤੇ ਹੁਣ ਫਿਰ ਤਿਆਰੀ ਆ ਕੁਝ ਬੰਦਿਆਂ ਨੂੰ ਭੇਜਣ ਦੀ ਜਿਨ੍ਹਾਂ ਦੀ ਡਿਪੋਰਟੇਸ਼ਨ ਲੱਗੀ ਆ, ਤੇ ਇਹ ਪਲੇਨ ਕਰਕੇ ਉਹਨਾਂ ਨੂੰ ਵਾਪਸ ਭੇਜ ਰਹੇ ਆ। ਪਰ ਅੰਦਰੋਂ ਛੱਡਣ ਬਾਰੇ ਜਿਹੜੀ ਆ ਉਹ ਗਵਰਨਮੈਂਟ ਤਿਆਰ ਨਹੀਂ ਹੈਗੀ। ਜੇ ਕੋਰਟ ਕਿਸੇ ਨੂੰ ਛੱਡ ਦੇਵੇ ਜਾਂ ਇੱਦਾਂ ਦੀ ਗੱਲ ਹੋ ਜਾਵੇ ਠੀਕ ਆ, ਪਰ ਜ਼ਿਆਦਾਤਰ ਓਵਰਆਲ ਸਖਤੀ ਆ। ਜੀ ਜੀ ਜਸਪ੍ਰੀਤ ਜੀ, ਜੋ ਕੁਝ ਹਫ਼ਤਿਆਂ ਪਹਿਲੇ ਆਪਾਂ ਇਹ ਵੀ ਖਬਰ ਸ਼ੇਅਰ ਕੀਤੀ ਸੀ ਵਿਊਰਸ ਨਾਲ ਕਿ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਨਵਾਂ ਇਮੀਗ੍ਰੇਸ਼ਨ ਤੇ ਬੈਨ ਅਨਾਊਂਸ ਕੀਤਾ ਸੀ, ਉਹਦੇ ਨਾਲ ਸੰਬੰਧਿਤ ਕੋਈ ਅਪਡੇਟਸ? ਆਈ ਥਿੰਕ ਉਹ ਉਹਨਾਂ ਨੇ ਓਰਿਜਿਨਲੀ 60 ਡੇਜ਼ ਦੀ ਟਾਈਮਲਾਈਨ ਸੈੱਟ ਕੀਤੀ ਸੀ ਕਿ ਇਨ ਇਸ ਟਾਈਮ ਦੇ ਵਿੱਚ ਕੁਝ ਤਰ੍ਹਾਂ ਦੇ ਵੀਜ਼ਾਜ਼ ਤੇ ਇਮੀਗ੍ਰੇਸ਼ਨ ਸਪੈਸੀਫਿਕ ਬੈਨਸ ਲਾਗੂ ਹੋਣਗੇ। ਉਹਦੇ ਵਿੱਚ ਕੋਈ ਅਪਡੇਟਸ, ਟਾਈਮਲਾਈਨ ਦੀ ਐਕਸਟੈਂਸ਼ਨ ਜਾਂ ਕੁਝ ਹੋਰ ਕਲੈਰੀਫਿਕੇਸ਼ਨ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ? ਨਹੀਂ, ਅਜੇ ਉਹਦੇ ਵਿੱਚ ਤਾਂ ਕੋਈ ਜਿਹੜੀ ਹੈਗੀ ਆ ਉਹ ਅਪਡੇਟ ਅਜੇ ਨਹੀਂ ਹੈਗੀ, ਕਿਉਂਕਿ ਅਜੇ ਤਾਂ ਟਾਈਮ ਪਿਆ। ਪਰ ਮੈਨੂੰ ਲੱਗਦਾ ਵੀ ਇਹਨੂੰ ਐਕਸਟੈਂਡ ਕਰਨਗੇ ਤੇ, ਪਰ ਅਜੇ ਤਾਂ ਆਹ ਮਹੀਨੇ ਦੇ ਵਿੱਚ ਪਤਾ ਲੱਗੂਗਾ। ਉਸ ਤੋਂ ਇਲਾਵਾ ਚਲੋ ਬੈਨ ਦਾ ਤਾਂ ਹੋ ਸਕਦਾ ਐਕਸਟੈਂਡ ਕਰਨ, ਹੋ ਸਕਦਾ ਨਾ ਵੀ ਕਰਨ, ਪਰ ਉਹਦੇ ਨਾਲ ਨਾਲ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਉਹ ਹੁਣ H1 ਤੇ L1 ਤੇ ਜਿਹੜੇ F1 ਵਾਲੇ ਹੈਗੇ ਸਟੂਡੈਂਟ ਵੀਜ਼ੇ ਵਾਲੇ ਉਹਨਾਂ 'ਤੇ ਲਾ ਰਹੇ ਆ। ਇਹਨਾਂ ਦੀ ਕੋਸ਼ਿਸ਼ ਹੈਗੀ ਹੈ ਕਿ ਇਸ ਮਹੀਨੇ ਦੇ ਵਿੱਚ ਜਿਹੜੇ ਸਟੂਡੈਂਟ ਵੀਜ਼ੇ ਵਾਲੇ ਉਹਨਾਂ ਨੂੰ OPT ਪ੍ਰੋਗਰਾਮ ਦੇ ਅੰਡਰ ਵਰਕ ਪਰਮਿਟ ਮਿਲਦਾ ਤੇ ਇਹਨਾਂ ਦੀ ਕੋਸ਼ਿਸ਼ ਹੈ ਵੀ ਉਹ ਇਹਨਾਂ ਦਾ ਬੰਦ ਕੀਤਾ ਜਾਵੇ। ਸੋ ਕੁਛ ਸਰਟਨ ਰਿਸਟ੍ਰਿਕਸ਼ਨਸ ਇਹ ਨੌਨ ਇਮੀਗ੍ਰੈਂਟ ਵੀਜ਼ਿਆਂ 'ਤੇ ਲਾਉਣਗੇ ਤੇ ਉਹ ਹੁਣ ਦੇਖਦੇ ਆ ਵੀ ਕੀ ਕਰਦੇ ਆ। ਪਰ ਅਜੇ ਤਾਂ ਤੁਹਾਨੂੰ ਪਤਾ ਹੀ ਆ ਵੀ ਸਾਰਾ ਧਿਆਨ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਦਾ ਸਾਰਿਆਂ ਦਾ ਜਿਹੜੀ ਆਹ ਸਿਚੁਏਸ਼ਨ ਹੈਗੀ ਜਾਰਜ ਫਲੋਇਡ ਵਾਲੀ ਉਹਦੇ 'ਤੇ ਹੀ ਆ। ਜੀ ਐਂਡ ਜਾਰਜ, ਹਾਂਜੀ ਜੀ ਜੀ, ਜਾਰਜ ਫਲੋਇਡ ਦੀ ਸਿਚੁਏਸ਼ਨ ਜਸਪ੍ਰੀਤ ਜੀ, ਇੰਨੀ ਜ਼ਿਆਦਾ ਉਹਦੇ ਵਿੱਚ ਡਿਸਕਸ਼ਨ ਕਰਨ ਲਈ ਵੱਖ ਵੱਖ ਫੈਕਟਰਸ ਹਨ, ਮੈਂ ਜ਼ਰੂਰ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੀ ਹਾਂ, ਬਟ ਇੱਥੇ ਇੱਕ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ। ਤੁਸੀਂ ਕਿੱਥੇ ਨਾ ਜਾਓ, ਗੱਲ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਵਿਊਅਰਸ ਤੁਸੀਂ ਵੀ ਸਾਡੇ ਨਾਲ ਜੁੜੇ ਰਹੋ। ਜਸਪ੍ਰੀਤ ਸਿੰਘ ਅਟਰਨੀ ਐਟ ਲਾਅ ਸਾਡੇ ਨਾਲ ਜੁੜੇ ਹਨ ਇਸ ਪ੍ਰੋਗਰਾਮ ਦੇ ਵਿੱਚ ਅਤੇ ਗੱਲ ਕਰਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ, ਤੁਸੀਂ ਵੇਖ ਰਹੇ ਹੋ ਲਾਅ ਗਾਈਡ ਅਤੇ ਗੱਲ ਹੋ ਰਹੀ ਹੈ ਜਸਪ੍ਰੀਤ ਸਿੰਘ ਅਟਰਨੀ ਐਟ ਲਾਅ ਜੋ ਸਾਨੂੰ ਜੁਆਇਨ ਕਰੇ ਕੈਲੀਫੋਰਨੀਆ ਤੋਂ। ਜਸਪ੍ਰੀਤ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ। ਜਸਪ੍ਰੀਤ ਜੀ, ਤੁਸੀਂ ਸਾਨੂੰ ਵੱਖ ਵੱਖ ਅਪਡੇਟਸ ਦਿੱਤੀਆਂ, ਖਾਸ ਕਰਕੇ ਇਮੀਗ੍ਰੇਸ਼ਨ ਰਿਲੇਟਿਡ, ਭਾਵੇਂ ਉਹ ਕੋਰਟ ਦੀ ਓਪਨਿੰਗਸ ਦੀ ਹੋਏ, ਕਿਸੇ ਦੇ ਪੈਂਡਿੰਗ ਕੇਸਿਸ, ਜਾਂ ਜੋ ਲੋਕ ਸਾਡੇ ਇੰਡੀਆ ਫਸੇ ਹੋਏ ਜਾਂ ਇੱਥੇ ਫਸੇ ਹੋਏ ਵੀਜ਼ਾਸ ਦੇ ਰਾਹੀਂ, ਕਿ ਉਹਨਾਂ ਨੂੰ ਕੀ ਪਤਾ ਹੋਣਾ ਚਾਹੀਦਾ? ਓਵਰਆਲ ਅਗਰ ਆਪਾਂ ਸਮਰੀ ਦੇ ਸਕਦੇ ਹਾਂ ਚੀਜ਼ ਦੀ, ਜ਼ਿਆਦਾ ਕੋਈ ਖਾਸ ਇਹਦੇ ਵਿੱਚ ਅਪਡੇਟ ਨਹੀਂ ਹੈਗੀ? ਜੋ ਮਤਲਬ ਸਿਚੁਏਸ਼ਨ ਡਿਵੈਲਪ ਹੋ ਰਹੀ ਹੈ ਉਹ ਉਸੇ ਤਰ੍ਹਾਂ ਹੈ ਕਿ ਜਦੋਂ ਤੱਕ ਐਟਲੀਸਟ ਕੁਛ ਇਹ ਰਿਸਟ੍ਰਿਕਸ਼ਨਸ ਨਹੀਂ ਲਿਫਟ ਹੁੰਦੀਆਂ, ਕਿ ਐਵਰੀਥਿੰਗ ਇਜ਼ ਸਟੈਂਡ ਸਟਿਲ ਅਤੇ ਰੁਕਿਆ ਹੋਇਆ ਸਾਰਾ ਕੰਮ? ਬਟ ਜਸਪ੍ਰੀਤ ਜੀ, ਜਿੱਥੇ ਪਹਿਲੇ ਇੱਕ ਹੈਲਥ ਕ੍ਰਾਈਸਿਸ ਨੇ ਪੂਰੀ ਦੁਨੀਆ ਨੂੰ ਰੋਕਤਾ, ਫਿਰ ਇਕਨੋਮਿਕ ਕ੍ਰਾਈਸਿਸ ਦਾ ਸਾਨੂੰ ਇੰਪੈਕਟ ਫੀਲ ਹੋਇਆ, ਹੁਣ ਯੂਨਾਈਟਿਡ ਸਟੇਟਸ ਵਿੱਚ ਖਾਸ ਕਰਕੇ ਜੋ ਇਹ ਸੋਸ਼ਲ ਅਤੇ ਸਿਵਲ ਅਨਰੈਸਟ, ਜੋ ਇਹ ਪ੍ਰੋਟੈਸਟ ਹਨ, ਅਹਿੰਸਾ ਸਾਨੂੰ ਦੇਖਣ ਨੂੰ ਮਿਲ ਰਹੀ ਹੈ, ਕੁਛ ਵਾਇਲੈਂਸ, ਲੂਟਿੰਗ, ਰਾਈਟਿੰਗ ਵਿੱਚ, ਉਸ ਚੀਜ਼ ਨੂੰ ਲੈ ਕੇ ਮੈਂ ਜ਼ਰੂਰ ਤੁਹਾਡੇ ਤੋਂ ਥੋੜ੍ਹੀ ਜਿਹੀ ਗੱਲ ਕਰਨਾ ਚਾਹੁੰਦੀ ਹਾਂ। ਤੁਹਾਡੀ ਕੋਲ ਇਸ ਕੰਟਰੀ ਦੀ ਹਿਸਟਰੀ ਹੈਗੀ, ਲੀਗਲ ਸਿਸਟਮ ਦੀ ਜਾਣਕਾਰੀ ਹੈਗੀ, ਸਭ ਤੋਂ ਪਹਿਲੇ ਤਾਂ ਤੁਸੀਂ ਸਾਨੂੰ ਇਹ ਦੱਸੋ, ਤੁਹਾਡੇ ਖਿਆਲ 'ਚ ਇਹ ਜੋ ਪ੍ਰੋਟੈਸਟ ਹੋ ਰਹੀਆਂ ਹਨ, ਇਹਨਾਂ ਦਾ ਕੋਈ ਫਾਇਦਾ ਵੀ ਹੈ ਜਾਂ ਇਹ ਸਿਰਫ ਤੁਹਾਨੂੰ ਲੱਗਦਾ ਹੈ ਕਿ ਯੂ ਨੋ ਕੰਟਰੀ ਦਾ ਗੁੱਸਾ, ਜਿੱਥੇ 100,000 ਤੋਂ ਵੱਧ ਇੱਥੇ ਡੈਥਸ ਹੋਈਆਂ ਹਨ ਕੋਵਿਡ ਤੋਂ ਲੈ ਕੇ, ਜਿੱਥੇ 40 ਮਿਲੀਅਨ ਤੋਂ ਪਲੱਸ ਲੋਕ ਅਨਇੰਪਲੋਇਡ ਹਨ ਅਫਿਸ਼ਲੀ ਇਸ ਕੰਟਰੀ ਵਿੱਚ, ਤੁਹਾਨੂੰ ਕੀ ਲੱਗਦਾ ਕਿ ਇਹ ਪ੍ਰੋਟੈਸਟ ਇੱਕ
नैचुरल नैक्सट स्टैप सीगा या ये सच्ची कोई होर वड्डी मूवमेंट है जिदे बारे सानू पता होना चाहिए है? नहीं यदा प्रोटेस्ट का तो जी पीसफुल प्रोटेस्ट का तो फायदा ही है तो सारे ने ईवन मतलब जिन्हें भी लीडर ने अमरीका के सारे वे इनकलूडिंग बराक ओबामा ज प्रेजिडेंट बुश तो बाइडन हो गया जो बाइडन तो इन सारे ने ज होर ने भी सारे ने गल कही है भी जी पीसफुल प्रोटेस्ट है ये तो चंकी है। अज ही स्टेटमेंट आई है प्रेजिडेंट बुश की तो उन्होंने कहा भी जोड़ा ये मतलब प्रोटेस्ट कर रहे बंदे बड़ा मतलब पीसफुल तरीके जोड़े कर रहे हैं ये एक उन्हों का राइट है क्योंकि अमेरिका के जी है डेमोक्रेसी है तो हरेक बंद राइट हैगा अपनी गल कर बाकी जी हिस्टरी आ तो पता ही आ जी बहुत देर तो यह अज की प्रॉब्लम नहीं हैगी तो बहुत साल प्रॉब्लम आ साल की सदिया की आ हूँ भी ईवन हालांकि सबनों वोट का अधिकार है कोई इतने जी है इन द आईज ऑफ लॉ एवरीबडी इज इक्वल सारे बराबर ने ईवन दैन जी है डिस्क्रिमिनेशन की जाती है हम इस केस ही देख लो तुम तो इस केस के जोड़े बंद बैकग्राउंड नहीं पता वो मैं थोड़ी देर थोड़ा संखेप के ब्रीफ दस दिना भी की आ जॉर्ज फ्लॉयड एक दिल्ली ते गया सिगटा लैन ली अच्छा 25 मई उन्हें उत्थे $20 का एक काउंटरफीट जो जाली नोट दिता वह दे के बाहर आ गया सिगटा लैके तो वो पिछे दिल्ली वाले आए तो उन्होंने वो गल करने की कोशिश की तो वह अपनी गड्डी बह गया SUV से वो कोल तो उतो उन्होंने पुलिस को कॉल करती पुलिस आ गई तो पुलिस आलिया ने उन्होंने वो कोई हथियार नहीं सी कोई वैपन नहीं सी कुछ नहीं सी तो उन्होंने बाहर कढ़िया वो गलबात करते रहे तो मुड़ के उन्होंने पुलिस कार वालू लै गए उन्हें रजिस्ट किया पुलिस कार च बहना तो वह थले डिग पिया उदों बाद एक जिहड़ा पुलिस आला हैगा उन्हें उहदी मतलब गर्दन के उत्ते अपना गोडा रखिया तो वह 8 मिनट तो वध देर तक उन्हें गोडा रखी रखिया उहदी गर्दन ते जो बेहोश हो गया उस तो बाद भी गोडा रखिया जदों के वह बंदे ने उन्हां नूं कुछ नहीं किया ना वह लड़िया पुलिस वालिया नाल ना उन्हें कोई धक्का मुक्की की ना वो किसी साथी ने की आ के ना उन्हें कोई वो वैपन सीगा उन्हें हत्थां नाल भी कुछ नहीं किया फिर भी देख लो वो ये बरताव तो वो जी हूँ जी रिपोर्ट्स आईया ने जी फैमिली ने कराई ऑटोप्सी जी पहला गवर्नमेंट की आ दोनों जी है भी होमोसाइड आ जी उन्हें फैमिली ने कराई है उन्होंने तो यह किया भी जी हुई है डैथ वो साह घुटन करके हुई है उन्हें कहा भी है भी आई कैंट ब्रीथ तो वो गल नहीं सुनी गई जे बाकी 3 पुलिस वाले आए खड़े रहे साइड से वह तो एक बायसटैंडर से जिन्हें वीडियो बना ली जे कह रहे थे कि ही कैंट ब्रीथ यदि हैल्प करो जे वीडियो ना बनाते हो तो वह यही लगना सी भी जाके जी हॉस्पिटल लैके उ हार्ट अटैक हो गया पता नहीं की हो गया तो वह वीडियो करके सारा जोड़ा है सामने आया किस्सा सो इदा के किसी तो अमरीका के काफ़ी होंगे जो कि बड़े आप कह दी मंदभागे दुखदई है तो जी ये डिस्क्रिमिनेशन हैगी मतलब जी रेशल डिवाइड है ये किसी ना किसी लैवल से तो हैगी है तो यू अड्रैस करने वास्ते जो प्रोटेस्ट हो रही ने वह जो पीसफुल प्रोटेस्ट आ ठीक ने पर जी पीसफुल प्रोटेस्ट के वायलेंस आ जाती है जिद के बंदे आ जाते हैं जोड़े जा के मतलब लूटिंग करते स्टोर के गड्डिया पाते लोगों दियाँ पुलिस वाले दियाँ वो माड़ी गल हूँ जोड़ा कई थावान से बल्कि एयरपोर्टा भी आई ने भी जो प्रोटेक्ट जो बंद प्रोटेस्ट कर रहे हैं उन्होंने रोकया उन्होंने कि जोड़े बंदे किसी स्टोर जोड़ा हैगा वो रॉब कर आए लूट कर जोड़े बंदे प्रोटेस्ट करने वाले आ उन्होंने ही झड़प हुई है उन्होंने एयरपोर्टा फिलाडेल्फिया तो भी आई होर जगह तो भी आई हैं सो जोड़े है लूटर्स ये तो है क्रिमिनल्स तो उन्हें करके करफ्यू लग्या हम हम देखो अमरीका के किन्ने शहर मतलब करफ्यू लग्या शाम का मतलब यह आ कि इदा की वारदात ना हो सके तो जोड़े पीसफुल प्रोटेस्ट कर रहे हैं वह जायज़ आ बल्कि जोड़ा आप देखा भी पीसफुल प्रोटेस्ट आल अफ्रीकन अमेरिकन जी कम्यूनिटी वो बंदे नहीं है वो बाकी भी बहुत ने खास करके स्टूडेंट्स बहुत है तो जोड़े है मतलब हर किस्म के अमेरिकन ने एशियनज़ भी है वाइट भी है सारे ही आ तो ये तो राइट है प्रोटेस्ट करन दा लेकिन जिहड़ी वायलेंस है वो गलत आ वो नहीं होनी चाहिए थी। ते उन किसे ना किसे लेवल ते डील करन दी लोड़ हैगी आ जिदे करके क्या हालात सारे इन्ने ज्यादा खराब हुए हैं जी। जसप्रीत जी इत्थे मैं तुहानूं एक तुसी पर्सनल ओपिनियन दे तौर ते सवाल दा जवाब दे सकदे हो
ਸਾਡੀ ਕਮਿਊਨਿਟੀ ਇਸ ਪਾਰਟਿਕੂਲਰ ਇਨਸੀਡੈਂਟ ਹਾਦਸੇ ਵਿੱਚ ਡਾਇਰੈਕਟਲੀ ਨਹੀਂ ਇਨਵੋਲਵ ਨਾ ਅਫੈਕਟਡ ਹੋਈ ਹੈ ਉਹਨਾਂ ਨੂੰ ਛੱਡ ਕੇ ਜਿਨ੍ਹਾਂ ਦੀ ਕੋਈ ਭਾਵੇਂ ਰੀਟੇਲ ਜਾਂ ਬਿਜ਼ਨਸ ਦੀ ਡਿਸਟਰਕਸ਼ਨ ਇਨ ਲੂਟਿੰਗ ਵਿੱਚ ਹੋਈ ਉਹਨਾਂ ਨੂੰ ਛੱਡ ਕੇ ਓਵਰਆਲ ਸਾਡੀ ਕਮਿਊਨਿਟੀ ਨੂੰ ਇਸ ਇਨਸੀਡੈਂਟ ਨੇ ਜ਼ਿਆਦਾ ਨਹੀਂ ਛੇੜਿਆ ਹਲੇ ਤੱਕ ਬਟ ਫਿਰ ਵੀ ਸਾਡੇ ਲਈ ਇਸ ਤਰ੍ਹਾਂ ਦਾ ਹਾਦਸਾ ਮਾਇਨੇ ਰੱਖਦਾ ਹੈ ਤੁਸੀਂ ਆਪਣੇ ਓਪੀਨੀਅਨ ਵਿੱਚ ਸਾਨੂੰ ਦੱਸ ਸਕਦੇ ਕਿ ਕਿਉਂ ਸਾਡੀ ਕਮਿਊਨਿਟੀ ਨੂੰ ਇਸ ਚੀਜ਼ ਨੂੰ ਗੌਰ ਨਾਲ ਦੇਖਣਾ ਚਾਹੀਦਾ ਹੈ ਐਂਡ ਭਾਵੇਂ ਦੇਖ ਕੇ ਉਹਨੂੰ ਸਮਝੋ ਸ਼ਾਇਦ ਸਪੋਰਟ ਵੀ ਕਰਨਾ ਚਾਹੀਦਾ ਤੁਹਾਡਾ ਕੀ ਖਿਆਲ ਹੈ ਇਸ ਚੀਜ਼ ਬਾਰੇ ਦੇਖੋ ਗੱਲ ਇਹ ਹੈਗੀ ਆ ਕਿ ਜੇ ਅਸੀਂ ਹੁਣ ਜਿਹੜੇ ਜਿਵੇਂ ਹੁਣ ਅਸੀਂ ਜ਼ਿਆਦਾਤਰ ਲੋਕ ਜਿਹੜੇ ਸਿੱਖ ਧਰਮ 'ਚ ਬਿਲੀਵ ਕਰਦੇ ਹਾਂ ਅਤੇ ਸਿੱਖ ਧਰਮ ਦੇ ਵਿੱਚ ਤਾਂ ਇਹੀ ਆ ਵੀ ਹਮੇਸ਼ਾ ਜ਼ੁਲਮ ਦੇ ਖਿਲਾਫ਼ ਲੜਨਾ ਵੀ ਨਾ ਕਿਸੇ ਨੂੰ ਡਰਾਉਣਾ ਨਾ ਕਿਸੇ ਤੋਂ ਡਰਨਾ ਅਤੇ ਜ਼ੁਲਮ ਦੇ ਖਿਲਾਫ਼ ਸਿੱਖਾਂ ਦੇ ਲੜਨ ਦੀ ਸਾਰੀ ਹਿਸਟਰੀ ਆ ਵੀ ਸਾਡਾ ਸਾਰਾ ਸਿੱਖ ਹਿਸਟਰੀ ਦੇਖ ਲਓ ਜਿਹਦੇ ਵਿੱਚ ਕਿ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਅਤੇ ਚਾਹੇ ਉਹ ਜ਼ੁਲਮ ਕਿਸੇ ਦੇ ਵੀ ਹੋ ਰਿਹਾ ਸੀ ਅਤੇ ਉਹ ਜ਼ਰੂਰੀ ਨਹੀਂ ਆ ਵੀ ਜੇ ਸਿੱਖਾਂ ਦੇ ਜ਼ੁਲਮ ਹੋਇਆ ਤਾਂ ਹੀ ਲੜਦੇ ਸੀ ਈਵਨ ਜੇ ਮਤਲਬ ਹਿੰਦੂਆਂ ਤੇ ਹੋਇਆ ਤਾਂ ਵੀ ਲੜੇ ਹੁਣ ਜਦੋਂ ਮੁਸਲਮਾਨਾਂ ਤੇ ਇੰਡੀਆ 'ਚ ਕਿੰਨੀ ਹੈਲਪ ਕੀਤੀ ਸਿੱਖਾਂ ਨੇ ਹੁਣ ਦੇਖ ਲਓ ਜਦੋਂ ਆਹ ਜਿਹੜੀ ਮਾਈਗ੍ਰੈਂਟ ਲੇਬਰ ਇੰਡੀਆ ਦੇ ਵਿੱਚ ਜਾਂ ਉੱਥੇ ਉਹਨਾਂ ਨੂੰ ਰੋਟੀ ਨਹੀਂ ਸੀ ਮਿਲਦੀ ਸਿੱਖਾਂ ਨੇ ਕਿਵੇਂ ਲੰਗਰ ਲਾਇਆ ਹੈਲਪ ਕੀਤੀ ਆ ਅਤੇ ਇਸੇ ਤਰ੍ਹਾਂ ਹੀ ਜੇ ਹੁਣ ਫਰਜ਼ ਕਰੋ ਕਿਸੇ 20 ਬੰਦੇ 'ਤੇ ਠੀਕ ਹੈ ਨਾ ਹੋ ਸਕਦਾ ਜੇ ਜਿਹੜਾ ਜੋਰਜ ਫਲੋਇਡ ਹੈ ਅਫਰੀਕਨ ਅਮੈਰੀਕਨ ਨਾ ਹੁੰਦਾ ਕੋਈ ਹੋਰ ਹੁੰਦਾ ਮੈਕਸੀਕਨ ਹੁੰਦਾ ਜਾਂ ਕੋਈ ਅਮੈਰੀਕਨ ਜਾਂ ਕੋਈ ਮਤਲਬ ਜਿਹੜਾ ਹੈਗਾ ਫਿਲੀਪੀਨੋ ਹੁੰਦਾ ਜਾਂ ਵਾਈਟ ਅਮੈਰੀਕਨ ਹੁੰਦਾ ਜੇ ਉਹਦੇ 'ਤੇ ਵੀ ਜ਼ੁਲਮ ਹੁੰਦਾ ਤਾਂ ਉਹ ਵੀ ਗਲਤ ਆ ਮਤਲਬ ਕਿਸੇ 'ਤੇ ਵੀ ਪੁਲਿਸ ਨੂੰ ਇਸ ਤਰੀਕੇ ਦਾ ਜਦੋਂ ਬੰਦਾ ਅੱਗੋਂ ਵਾਇਲੈਂਟ ਨਹੀਂ ਪ੍ਰੋਟੈਸਟ ਨਹੀਂ ਕਰ ਰਿਹਾ ਉਹਦੇ ਕੋਲ ਕੋਈ ਹਥਿਆਰ ਨਹੀਂ ਕੋਈ ਉਹਨਾਂ ਨਾਲ ਧੱਕਾ ਮੁੱਕੀ ਨਹੀਂ ਕਰ ਰਿਹਾ ਮਿਸਬਿਹੇਵ ਨਹੀਂ ਕਰ ਰਿਹਾ ਉਹ ਪੀਸਫੁਲੀ ਗੱਲ ਕਰ ਰਿਹਾ ਅਤੇ ਉਹਨੂੰ ਤੁਸੀਂ ਥੱਲੇ ਸਿੱਟ ਕੇ ਉਹਦੇ ਜਿਹੜੇ ਗਰਦਨ 'ਤੇ ਗੋਡਾ ਰੱਖਦੇ ਹੋ ਵੀ 8 ਮਿੰਟ ਤੱਕ ਇੱਥੋਂ ਤੱਕ ਉਹ ਕਹਿ ਰਿਹਾ ਵੀ ਆਈ ਕੈਂਟ ਬਰੀਦ ਫਿਰ ਵੀ ਰੱਖੀ ਰੱਖਿਆ ਬੇਹੋਸ਼ ਹੋ ਗਿਆ ਉਹਦੇ ਬੇਹੋਸ਼ ਹੋਣ ਤੋਂ ਬਾਅਦ ਵੀ ਗੋਡਾ ਰੱਖਿਆ ਉੱਤੇ ਅਤੇ ਇਹ ਜਿਹੜਾ ਬਿਹੇਵੀਅਰ ਆ ਇਸ ਬਿਹੇਵੀਅਰ 'ਚ ਸਾਡੀ ਕਮਿਊਨਿਟੀ ਨੂੰ ਵੀ ਇਹਦੀ ਕੰਡੈਮ ਕਰਨਾ ਇਹਨੂੰ ਕੰਡੈਮ ਕਰਨਾ ਚਾਹੀਦਾ ਕਿਉਂਕਿ ਇਹ ਜਿਹੜਾ ਹੈਗਾ ਇਟਸ ਏ ਕ੍ਰਾਈਮ ਅਗੇਂਸਟ ਹਿਊਮੈਨਿਟੀ ਇਹਦੇ 'ਚ ਕੋਈ ਇਹ ਨਹੀਂ ਹੈਗਾ ਵੀ ਅੱਜ ਉਹਨਾਂ 'ਤੇ ਹੋਇਆ ਤਾਂ ਕੱਲ੍ਹ ਨੂੰ ਸਾਡੇ 'ਤੇ ਹੋਊਗਾ ਇਹ ਤਾਂ ਵੈਸੇ ਹੀ ਚਾਹੇ ਕੋਈ ਬੰਦਾ ਵੀ ਹੋਵੇ ਜਿਹਦੇ ਜਿਹੜੇ ਹਿਊਮਨ ਰਾਈਟ ਦੀ ਵਾਇਲੇਸ਼ਨ ਹੁੰਦੀ ਆ ਮਤਲਬ ਧੱਕਾ ਹੁੰਦਾ ਉਹਦੇ ਖਿਲਾਫ਼ ਅਤੇ ਉਸ ਬੰਦੇ ਦੀ ਸਪੋਰਟ ਕਰਨੀ ਚਾਹੀਦੀ ਆ ਸੋ ਸਿੱਖ ਕਮਿਊਨਿਟੀ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਪਰ ਜਿਹੜੇ ਵਾਇਲੈਂਸ ਕਰਦੇ ਨੇ ਇਹਦੇ ਵਿੱਚ ਜਿਵੇਂ ਅੱਜ ਹੀ ਖਬਰ ਆਈ ਆ ਹੁਣ ਆਪਾਂ ਗੱਲ ਕਰ ਰਹੇ ਸੀ ਵੀ ਸੇਂਟ ਲੂਈਸ ਦੇ ਵਿੱਚ ਵੀ 4 ਜਿਹੜੇ ਹੈਗੇ ਪੁਲਿਸ ਵਾਲਿਆਂ ਦੇ ਗੋਲੀ ਲੱਗੀ ਆ ਅਤੇ ਇੱਕ ਇੱਕ ਹੋਰ ਜਗ੍ਹਾ ਮਤਲਬ ਇੱਕ ਪੁਲਿਸ ਵਾਲੇ ਨੂੰ ਸ਼ੂਟ ਕੀਤਾ ਗਿਆ ਬਾਕੀ ਕਈ ਥਾਵਾਂ ਤੇ ਗੱਡੀਆਂ ਨੂੰ ਅੱਗ ਲਾਈ ਗਈ ਆ ਉਹ ਗੱਲ ਗਲਤ ਆ ਉਹਦੇ ਵਿੱਚ ਮਤਲਬ ਉਹ ਓਨਾ ਹੀ ਵੱਡਾ ਜ਼ੁਲਮ ਹੈ ਜਿੰਨਾ ਦੂਜੇ ਪਾਸਿਓਂ ਮਤਲਬ ਜਿਵੇਂ ਦੇਖੋ ਨਾ ਇੱਕ ਪਾਸੇ ਦਾ ਜੇ ਹੁਣ ਪੁਲਿਸ ਦੀ ਬਰੁਟੈਲਿਟੀ ਨੂੰ ਆਪਾਂ ਪ੍ਰੋਟੈਸਟ ਕਰ ਰਹੇ ਹਾਂ ਦੂਜੇ ਪਾਸੇ ਜਿਹੜੇ ਬੰਦੇ ਸਾੜ ਰਹੇ ਨੇ ਲੋਕਾਂ ਦੇ ਬਿਜ਼ਨਸਿਸ ਨੂੰ ਲੋਕਾਂ ਦੇ ਘਰਾਂ ਨੂੰ ਤੇ ਜਿਹੜੇ ਹੈਗੇ ਆ ਮਤਲਬ ਲੋਕਾਂ ਨੂੰ ਜਿਹੜਾ ਹੈਗਾ ਇਹੀ ਡਰ ਆ ਈਵਨ ਮੈਂ ਅੱਜ ਇੱਕ ਇਹ ਵੀ ਵੀਡੀਓ ਦੇਖੀ ਆ ਵੀ ਜਿਹੜੇ ਆਪਣੇ ਟਰੱਕਰਸ ਨੇ ਉਹਨਾਂ ਜਾਣੀ ਕਿ ਟਰੱਕ ਖੜੇ ਸੀ ਟਰੱਕ ਸਟੋਪ ਤੇ ਉਹ ਵੀ ਲੋਕ ਲੈ ਕੇ ਲੁੱਟ ਗਏ ਟਰੱਕਾਂ ਦੇ ਵਿੱਚੋਂ ਵੀ ਸਮਾਨ ਕੱਢ ਕੇ ਲੈ ਗਏ ਸੋ ਇਹ ਤਾਂ ਮਤਲਬ ਇੱਕ ਆਪਣੇ ਆਪ 'ਚ ਹੀ ਬੜਾ ਜ਼ੁਲਮ ਹੈ ਸੋ ਇਹਦੀ ਵੀ ਵਿਰੋਧਤਾ ਹੋਣੀ ਚਾਹੀਦੀ ਹੈ ਸੋ ਇਹ ਦੋਨਾਂ ਗੱਲਾਂ ਦੀ ਵਿਰੋਧਤਾ ਹੋਣੀ ਚਾਹੀਦੀ ਪਰ ਜਿਹੜੇ ਪੀਸਫੁਲੀ ਪ੍ਰੋਟੈਸਟ ਕਰਦੇ ਆ ਉਹ ਠੀਕ ਆ ਉਹ ਕਿਉਂਕਿ ਜਿਹੜੀ ਹੈਗੀ ਆ ਮਤਲਬ ਇਕੁਐਲਿਟੀ ਹੈਗੀ ਆ ਕਿਉਂਕਿ ਜਿਹੜਾ ਕਾਨੂੰਨ ਹੈ ਲਾਅ ਸਾਰਿਆਂ ਲਈ ਬਰਾਬਰ ਆ ਜਸਪ੍ਰੀਤ ਜੀ ਇਸ ਵੇਲੇ ਤਾਂ ਪੂਰਾ ਕੰਟਰੀ ਇਸ ਸਿਚੁਏਸ਼ਨ ਦੇ ਬਿਲਕੁਲ ਵਿੱਚ ਵੜਿਆ ਹੋਇਆ ਸਾਨੂੰ ਸਮਝ ਨਹੀਂ ਲੱਗ ਰਹੀ ਕਿ ਕਿਸ ਤਰ੍ਹਾਂ ਇਹ ਡਿਵੈਲਪ ਹੋਏਗੀ ਜਾਂ ਉਸ ਤੋਂ ਬਾਅਦ ਇਹ ਕਿਸ ਤਰ੍ਹਾਂ ਇਸ ਸਿਚੁਏਸ਼ਨ ਰਿਜ਼ੋਲਵ ਹੋਏਗੀ ਤੁਹਾਡੇ ਖਿਆਲ 'ਚ ਕੀ ਹੋਣਾ ਚਾਹੀਦਾ ਹੈ ਭਾਵੇਂ ਉਹ ਤੁਸੀਂ ਪੋਲੀਟੀਕਲ ਤੌਰ 'ਤੇ ਕਹਿ ਲਓ ਲੀਡਰਸ਼ਿਪ ਤੌਰ 'ਤੇ ਕਹਿ ਲਓ ਜੋ ਪ੍ਰੈਜ਼ੀਡੈਂਟ ਵੱਲੋਂ ਮੈਸੇਜਿੰਗ ਆ ਰਹੀ ਹੈ ਜਾਂ ਜੋ ਵੱਖ ਵੱਖ ਲੀਡਰਸ ਕਮਿਊਨਿਟੀ ਲੀਡਰਸ ਹਨ ਕੀ ਨੈਕਸਟ ਸਟੈਪਸ ਤੁਸੀਂ ਦੇਖ ਸਕਦੇ ਹੋ ਜੋ ਇਸ ਸਿਚੁਏਸ਼ਨ ਨੂੰ ਹੈਲਪ ਕਰ ਸਕਦੇ ਹੈ ਨਾ ਕਿ ਹੋਰ ਵਰਸਨ ਕਰ ਸਕਦੇ ਹੈ ਇਹਦੇ 'ਚ ਦੇਖੋ ਜੀ ਜਿੰਨੇ ਵੀ ਲੀਡਰਸ ਹੈਗੇ ਨੇ ਅਕਰੋਸ ਪਾਰਟੀ ਲਾਈਨਸ ਅਤੇ ਜਿੰਨੇ ਈਵਨ ਜਿਹੜੇ ਰਿਲੀਜੀਅਸ ਲੀਡਰਸ ਵੀ ਹੈਗੇ ਆ ਅਤੇ ਪੋਲੀਟੀਕਲ ਉਹਨਾਂ ਨੂੰ ਕੰਮ ਕਰਨ ਦੀ ਲੋੜ ਆ ਇਹਦੇ ਵਿੱਚ ਇੱਕ ਤਾਂ ਇਹ ਹੈਗਾ ਕਿ ਜਿਹੜੇ ਉਹ ਬਾਕੀ ਦੇ 3 ਪੁਲਿਸ ਆਫਿਸਰਸ ਨੇ ਜਿਵੇਂ 4 ਉਹ 'ਚ ਪੁਲਿਸ ਆਫਿਸਰ ਇਨਵੋਲਵਡ ਸੀਗੇ ਇਸ ਕੇਸ ਦੇ ਵਿੱਚ ਅਤੇ ਇੱਕ 'ਤੇ ਤਾਂ ਚਲੋ ਉਹਨਾਂ ਨੇ ਉਹਨੂੰ ਅਰੈਸਟ ਕਰ ਲਿਆ ਅਤੇ ਉੱਥੇ ਮਰਡਰ ਜਿਹੜਾ ਹੈਗਾ ਚਾਰਜ ਉਹ ਬਣਾਇਆ ਜਿਹੜੇ ਬਾਕੀ 3 ਨੇ ਉਹਨਾਂ 'ਤੇ ਵੀ 4 ਲੱਗਣੇ ਚਾਹੀਦੇ ਆ ਅੱਜ ਜਿਹੜਾ ਫੈਮਿਲੀ ਦਾ ਲਾਇਰ ਹੈਗਾ ਉਹਨਾਂ ਦਾ ਫਲੋਇਡ ਦਾ ਉਹਨਾਂ ਨੇ ਕਿਹਾ ਕਿ ਸਾਡੀ ਗੱਲਬਾਤ ਹੋਈ ਆ ਉਹਨਾਂ ਨਾਲ ਗਵਰਨਮੈਂਟ ਨਾਲ ਅਤੇ ਉਹ ਬਾਕੀਆਂ 'ਤੇ ਵੀ ਚਾਰਜਸ ਲਾ ਕੇ ਉਹਨਾਂ ਨੂੰ ਜੇਲ੍ਹ ਭੇਜ ਰਹੇ ਆ ਪਹਿਲੀ ਗੱਲ ਤਾਂ ਇਹ ਹੋਣੀ ਚਾਹੀਦੀ ਆ ਤਾਂ ਕਿ ਉਹ ਇਨਸਾਫ਼ ਕਿਉਂਕਿ ਜਦੋਂ ਉਹ ਬੰਦਾ ਕਹਿ ਰਿਹਾ ਕਿ ਮੈਂ ਬਰੀਦ ਨਹੀਂ ਕਰ ਰਿਹਾ ਅਤੇ 8 ਮਿੰਟ ਲਈ ਇੱਕ ਪੁਲਿਸ ਵਾਲੇ ਨੇ ਉਹਦੀ ਗਰਦਨ 'ਤੇ ਗੋਡਾ ਰੱਖਿਆ ਜਿਹੜੇ ਬਾਕੀ 3 ਨੇ ਉਹਨਾਂ ਨੇ ਇੱਕ ਵਾਰ ਵੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਇੱਕ ਵਾਰ ਵੀ ਉਹਨਾਂ ਨੂੰ ਕਿਹਾ ਵੀ ਇਹਨੂੰ ਚੱਕ ਕੇ ਕਰੋ ਉਹਨਾਂ ਨੇ ਮਤਲਬ ਉਹ ਸਗੋਂ ਉਹਦੀ ਇੱਕ ਕਿਸਮ ਦੀ ਉਹ ਸਪੋਰਟ ਹੀ ਕਰ ਰਹੇ ਸੀ ਦੂਜੇ ਪੁਲਿਸ ਵਾਲੇ ਦੀ
ਉਹਨਾਂ ਨੂੰ ਕੋਈ ਹਮਦਰਦੀ ਨਹੀਂ ਆਈ, ਕੋਈ ਸਿੰਪਤੀ ਨਹੀਂ ਸੀ, ਤੇ ਇਸ ਕਰਕੇ ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ। ਉਹਦੇ ਨਾਲ ਨਾਲ ਜਿਹੜੇ ਗਵਰਨਮੈਂਟ ਹੈਗੀ ਉਹਦੇ ਲੈਵਲ ਤੇ ਉਹਨਾਂ ਨੂੰ ਚਾਹੀਦਾ ਕਿ ਇਸ ਕਿਸਮ ਦੀ ਕਮਿਸ਼ਨ ਬਣਾਉਣ, ਜਾਂ ਜਸਟਿਸ ਡਿਪਾਰਟਮੈਂਟ ਜਿਹੜਾ ਉਹ ਆਪਣੇ ਤੌਰ ਤੇ ਇਨਵੈਸਟੀਗੇਟ ਕਰੇ ਕਿ ਜਿਹੜੇ ਬਾਕੀ ਥਾਵਾਂ ਤੇ ਵੀ ਇਦਾਂ ਦੀ ਕੋਈ ਜ਼ਿਆਦਤੀ ਹੁੰਦੀ ਆ ਕਿਸੇ ਕਮਿਊਨਿਟੀ ਦੇ ਨਾਲ ਉਹ ਰੋਕੀ ਜਾ ਸਕੇ, ਤੇ ਜਿਹੜੀ ਫੋਰਸ ਹੈਗੀ ਆ। ਹਾਂ ਜੇ ਅਗਲਾ ਬੰਦਾ ਵਾਇਲੈਂਟ ਆ, ਅਗਲਾ ਬੰਦਾ ਗਨ ਚਲਾ ਰਿਹਾ, ਫਿਰ ਤਾਂ ਪੁਲਿਸ ਉੱਤੇ ਜਿਹੜੀ ਹੈਗੀ ਸਖਤੀ ਕਰੇ, ਜੋ ਅਗਲਾ ਬੰਦਾ ਪੀਸਫੁਲ ਆ ਉੱਥੇ ਨਹੀਂ ਕਰਨੀ ਚਾਹੀਦੀ। ਸੋ ਜਿਹੜੀ ਇਹ ਰੇਸ਼ੀਅਲ ਪ੍ਰੋਫਾਈਲਿੰਗ ਆ ਇਹ ਮਤਲਬ ਬੰਦ ਹੋਣੀ ਚਾਹੀਦੀ ਆ। ਇਹ ਤਾਂ ਗਵਰਨਮੈਂਟ ਜਿਹੜੀ ਆ ਉਹ ਹਰੇਕ ਲੈਵਲ ਤੇ, ਸਟੇਟ ਲੈਵਲ ਤੇ ਵੀ, ਸਿਟੀ ਲੈਵਲ ਤੇ ਵੀ, ਤਾਂ ਫੈਡਰਲ ਲੈਵਲ ਤੇ ਵੀ ਉਹਨੂੰ ਇਹ ਕੰਮ ਕਰਨ ਦੀ ਲੋੜ ਆ। ਪਰ ਉਸ ਤੋਂ ਪਹਿਲਾਂ ਜਿਹੜੀ ਹੁਣ ਸਭ ਤੋਂ ਇੰਪੋਰਟੈਂਟ ਚੀਜ਼ ਆ ਉਹ ਇਹ ਹੈਗੀ ਆ ਵਾਇਲੈਂਸ ਨੂੰ ਰੋਕਣਾ, ਜਿਹੜਾ ਕਿ ਸਭ ਤੋਂ ਵੱਡੀ ਚੁਣੌਤੀ ਹੈਗੀ ਆ ਮਤਲਬ ਗਵਰਨਮੈਂਟ ਦੇ ਅੱਗੇ, ਚਾਹੇ ਉਹ ਸਟੇਟ ਗਵਰਨਮੈਂਟ ਨੇ, ਚਾਹੇ ਉਹ ਜਿਹੜੀਆਂ ਕਿ ਸਿਟੀ ਦੀਆਂ ਹੈਗੀਆਂ। ਤਾਂ ਉਹਦੇ ਵਾਸਤੇ ਉਹ ਕਰਫਿਊ ਲਾ ਰਹੇ ਨੇ ਤੇ ਵਾਇਲੈਂਸ ਨੂੰ ਰੋਕ ਸਕਦੇ। ਇੱਕ ਵਾਰੀ ਵਾਇਲੈਂਸ ਰੁਕ ਗਈ, ਇਸ ਤੋਂ ਬਾਅਦ ਇਹ ਡਾਇਲੋਗ ਹੋਣਾ ਚਾਹੀਦਾ। ਪਰ ਜਿਹੜੀ ਹੋਰ ਇਹ ਚ ਪ੍ਰੋਬਲਮ ਆ ਉਹ ਇਹ ਹੈਗੀ ਕਿ ਜਿਹੜਾ ਵਾਈਟ ਹਾਊਸ ਆ ਉਹਦੇ ਵੱਲੋਂ ਕੋਈ ਖਾਸ ਇਨੀਸ਼ੀਏਟਿਵ ਨਹੀਂ ਹੈਗਾ ਕਿ ਉਹ ਇਹਨੂੰ ਇਸ ਇਸ਼ੂ ਨੂੰ ਸੋਲਵ ਕਰਨ ਵਾਸਤੇ, ਮਤਲਬ ਉੱਥੇ ਕੁਛ ਨਹੀਂ ਹੋ ਰਿਹਾ, ਬਲਕਿ ਜਿਹੜੀ ਹੈਗੀ ਬਲੇਮ ਗੇਮ ਚੱਲ ਰਹੀ ਆ। ਤੇ ਉਹਦੇ ਨਾਲ ਉਹ ਬੈਟਰ ਇਹ ਹੈਗਾ ਕਿ ਉਹ ਇਹਦੇ ਵਿੱਚ ਉਹਨਾਂ ਦੀ ਆਪਣੀ ਕੰਟਰੀ ਦਾ ਮਸਲਾ ਹੈਗਾ ਤੇ ਲੀਡ ਰੋਲ ਪਲੇ ਕਰਨ, ਤੇ ਇੱਕ ਐਜ਼ ਏ ਮੀਡੀਏਟਰ ਜਾਂ ਐਜ਼ ਏ ਨੈਗੋਸ਼ੀਏਟਰ ਕਰਕੇ ਤੇ ਇਹ ਸਾਰੀਆਂ ਪਾਰਟੀਆਂ ਨੂੰ ਬਿਠਾ ਕੇ ਤੇ ਇਹ ਗੱਲ ਨਿਬੇੜਨ। ਪਰ ਉਹ ਕੋਈ ਐਫਰਟ ਨਾ ਹੋਣ ਕਰਕੇ ਤੇ ਇੱਕ ਲੋਕ ਅਨਇੰਪਲੋਇਡ ਨੇ, ਜਿਹੜੇ ਆ ਰਾਈਟਿੰਗ ਹੋ ਰਹੀ ਆ ਜਾਂ ਜਿਹੜੇ ਹਾਲਾਤ ਖਰਾਬ ਹੋ ਰਹੇ ਨੇ ਇਹਦੇ ਵਿੱਚ ਅਨਇੰਪਲੋਇਮੈਂਟ ਦਾ ਹੀ ਬਹੁਤ ਵੱਡਾ ਹਿੱਸਾ। ਜੇ ਹਾਲਾਤ ਨੋਰਮਲ ਹੁੰਦੇ ਜੀ, ਕਰੋਨਾ ਵਾਇਰਸ ਕਰਕੇ ਅਨਇੰਪਲੋਇਮੈਂਟ ਨਾ ਹੁੰਦੀ, ਜਾਂ ਲੋਕੀ ਆਪਣੇ ਘਰਾਂ 'ਚ ਨਾ ਹੁੰਦੇ ਬੈਠੇ, ਜਾਂ ਸਟੂਡੈਂਟ ਜਿਹੜੇ ਨੇ ਉਹ ਆਪਣੇ ਕਾਲਜਾਂ ਯੂਨੀਵਰਸਿਟੀਆਂ 'ਚ ਹੁੰਦੇ, ਤਾਂ ਸ਼ਾਇਦ ਐਡੇ ਵੱਡੇ ਲੈਵਲ ਤੇ ਪ੍ਰੋਟੈਸਟ ਨਾ ਹੁੰਦੇ। ਇਹ ਜਿਹੜੀ ਅਨਇੰਪਲੋਇਮੈਂਟ ਆ ਇਹਦਾ ਵੀ ਬਹੁਤ ਵੱਡਾ ਰੋਲ ਆ ਇਹਦੇ 'ਚ। ਸੋ ਇਸ ਕਰਕੇ ਸਾਰਿਆਂ ਨੂੰ ਹੀ ਐਫਰਟ ਕਰਨ ਦੀ ਲੋੜ ਆ। ਬਾਕੀ ਸਾਡੀ ਤਾਂ ਅਰਦਾਸ ਆ ਕਾਲਪੁਰਖ ਵਾਹਿਗੁਰੂ ਅੱਗੇ ਕਿ ਉਹ ਕਿਰਪਾ ਕਰਨ ਦੇ ਤੇ ਸ਼ਾਂਤੀ ਆਵੇ ਤੇ ਮਾਹੌਲ ਜਿਹੜਾ ਹੈਗਾ ਉਹ ਠੀਕ ਹੋਵੇ ਤੇ ਸਾਰਿਆਂ ਨੂੰ ਸੁੱਖ ਦਾ ਸਾਹ ਮਿਲੇ। ਜੀ ਜਸਪ੍ਰੀਤ ਸਿੰਘ, ਅਟਰਨੀ ਐਟ ਲਾਅ, ਥੈਂਕ ਯੂ ਸੋ ਮਚ ਤੁਸੀਂ ਸਾਡੇ ਨਾਲ ਇੱਕ ਵਾਰੀ ਫਿਰ ਜੁੜੇ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਇਹ ਪ੍ਰੋਗਰਾਮ ਬਿਲਕੁਲ ਲਾਈਵ ਹੈ, ਬਟ ਅਗਰ ਤੁਸੀਂ ਇਹ ਪ੍ਰੋਗਰਾਮ ਮਿਸ ਕਰਤਾ ਤੁਸੀਂ ਸੋਸ਼ਲ ਮੀਡੀਆ 'ਤੇ ਇਹਦੀ ਰਿਕਾਰਡਿੰਗ ਦੇਖ ਸਕਦੇ ਹੋ ਅਤੇ ਰਿਪੀਟ ਹੋਏਗਾ ਇਹ ਨਿਊਯਾਰਕ ਟਾਈਮ ਰਾਤ ਨੂੰ 12 ਵਜੇ ਅੱਜ ਸ਼ਾਮ ਨੂੰ ਅਤੇ ਕੈਲੀਫੋਰਨੀਆ ਟਾਈਮ ਰਾਤ ਨੂੰ 9 ਵਜੇ ਅੱਜ ਸ਼ਾਮ ਨੂੰ ਇੱਕ ਵਾਰੀ ਫਿਰ ਇਹ ਪ੍ਰੋਗਰਾਮ ਰਿਪੀਟ ਹੋਏਗਾ। ਜਸਪ੍ਰੀਤ ਸਿੰਘ ਜੀ, ਅਗਲੇ ਹਫ਼ਤੇ ਮਿਲਦੇ ਹਾਂ, ਤੁਸੀਂ ਸੇਫ ਰਹੋ ਅਤੇ ਬਾਕੀ ਦਰਸ਼ਕਾਂ ਨੂੰ ਮੈਂ ਕਹਿਣਾ ਚਾਹੁੰਦੀ ਹਾਂ ਕੋਈ ਸਵਾਲ ਸਾਡੇ ਲਈ ਤੁਸੀਂ ਸਾਨੂੰ ਲਿਖ ਸਕਦੇ ਹੋ, ਜਸਪ੍ਰੀਤ ਜੀ ਨੂੰ ਤੁਸੀਂ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੋ, ਉਹਨਾਂ ਦੀ ਇਨਫੋਰਮੇਸ਼ਨ ਸਕਰੀਨ 'ਤੇ ਆ ਰਹੀ ਹੈ। ਸਾਡੀ ਇਨਫੋਰਮੇਸ਼ਨ ਇਨਫੋ ਐਟ ਜਸਟ ਬ੍ਰੋਡਕਾਸਟਿੰਗ.com, ਆਸ਼ਮਿਤਾ@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।